ਇਹ ਸਪਿਰਚੁਅਲ ਸੈਗਮੈਂਟ ਏਐਮਸੀ ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666 ਤੇ ਫੋਨ ਕਰੋ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਮੇਰਾ ਸਾਥ ਦੇਣਗੇ ਸਰਦਾਰ ਮਨਮੋਹਨ ਸਿੰਘ ਜੀ, ਜਿਹੜੇ ਕਿ ਇੱਕ ਰਿਸਰਚਰ ਨੇ, ਗੁਰਬਾਣੀ ਦੇ ਸਟੂਡੈਂਟ ਨੇ। ਅਤੇ ਅੱਜ ਅਸੀਂ ਫੋਕਸ ਕਰਾਂਗੇ ਬਹੁਤ ਸਾਰੇ ਉਹਨਾਂ ਇਸ਼ੂਜ਼ ਉੱਤੇ ਜਿਨ੍ਹਾਂ ਦੇ ਬਾਰੇ ਆਮ ਤੌਰ 'ਤੇ ਅਸੀਂ ਚਰਚਾ ਕਰਿਆ ਕਰਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਇਹਨਾਂ ਦਾ ਜ਼ਿਕਰ ਆਉਂਦਾ ਹੈ। ਨਾਮ ਕੀ ਹੈ, ਸਿਮਰਨ ਕੀ ਹੈ, ਭਾਣਾ ਕੀ ਹੈ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਕੀ ਸਾਨੂੰ ਉਪਦੇਸ਼ ਕਰਦੇ ਨੇ, ਆਓ ਜਾਣਕਾਰੀ ਲੈਂਦੇ ਹਾਂ ਆਏ ਹੋਏ ਮਹਿਮਾਨ ਮਨਮੋਹਨ ਸਿੰਘ ਜੀ ਤੋਂ। ਵੈਲਕਮ ਟੂ ਦ ਪ੍ਰੋਗਰਾਮ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸ਼ੁਰੂਆਤ ਕਰਦੇ ਹਾਂ ਜੀ ਨਾਮ ਤੋਂ। ਬਹੁਤ ਵਾਰ ਜ਼ਿਕਰ ਆਉਂਦਾ, ਅਤੇ ਨਾਮ ਜਿਸ ਤਰੀਕੇ ਨਾਲ ਅੱਜ ਸਾਨੂੰ ਦੱਸਿਆ ਜਾ ਰਿਹਾ ਹੈ, ਇਸ ਦੇ ਵਿੱਚ ਜੋ ਕੋਈ ਵਿਅਕਤੀ ਦਾ, ਜੋ ਉਸਦੀ ਐਜੂਕੇਸ਼ਨ ਹੈ, ਜੋ ਉਸਨੇ ਪੜ੍ਹਿਆ ਲਿਖਿਆ ਹੈ, ਇਸ ਬਾਰੇ ਆ ਕੇ ਕਰਦਾ, ਪਰ ਬਹੁਤੀ ਵਾਰ ਇਹ ਕੇਂਦਰਿਤ ਹੋ ਰਿਹਾ ਹੈ ਜੋ ਆਊਟਸਾਈਡ ਇਨਫਲੂਐਂਸਿਸ ਨੇ, ਉੱਤੋਂ ਪ੍ਰਭਾਵਿਤ ਹੋ ਕੇ ਗੱਲਾਂ ਪਤਾ ਚੱਲ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਨਾਮ ਬਾਰੇ, ਸਿਮਰਨ ਬਾਰੇ, ਇਹਨਾਂ ਬਾਰੇ ਸਾਨੂੰ ਕੁਝ ਦੱਸੋ ਜੀ। ਹਾਂਜੀ, ਥੈਂਕ ਯੂ। ਨਾਮ ਇਜ਼ ਵੈਰੀ ਸਿੰਪਲ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਲਫ਼ਜ਼ ਵਰਤਿਆ ਨਾ ਰੱਬ ਵਾਸਤੇ, ਉਹ ਨਾਮ ਕਿਹਾ ਗਿਆ। ਓਕੇ। ਜਿੱਦਾਂ ਰਾਮ ਕਹਿ ਦਈਦਾ, ਅੱਲਾ ਕਹਿ ਦਈਦਾ, ਇਹ ਗੁਰੂ ਨਾਨਕ ਦੇਵ ਜੀ ਨੇ ਕਿਹਾ। ਰੱਬ ਦੇ ਤਾਂ ਬੜੇ ਨਾਂ ਨੇ, ਉਹਨਾਂ ਨੇ ਸਿਰਫ ਨਾਮ ਦਾ ਹੀ ਕਿਹਾ ਗਿਆ। ਅੱਛਾ, ਆਪਾਂ ਨਾਮ ਹੀ ਕਹਿ ਦਿੰਦੇ ਹਾਂ ਜੀ, ਅਤੇ ਨਾਮ ਕੀ ਧਾਰੇ ਸਗਲੇ ਜੰਤ, ਬੜੀ ਰਾਈਟ ਰਾਈਟ। ਓਕੇ। ਨਾਨਕ ਸਭ ਕੁਛ ਨਾਵੇ ਕਹਿ ਵਸ ਹੈ। ਠੀਕ। ਉਹਦੇ ਵਸ ਵਿੱਚ ਹੀ ਆ ਇਹ ਜਿਹੜਾ ਨਾਮ ਕਿਹਾ ਗਿਆ ਹੈਗਾ, ਉਹੀ ਰੱਬ ਨੂੰ ਕਿਹਾ ਗਿਆ ਹੈਗਾ ਜੀ, ਨਾਮ ਕਿਹਾ ਗਿਆ। ਫਿਰ ਉਹ ਆਪਾਂ ਨੂੰ ਇਹ ਵੀ ਕਿਹਾ ਜਾਂਦਾ ਹੈਗਾ ਵੀ ਹਾਂ ਤੁਹਾਨੂੰ ਨਾਮ ਦੀ ਪ੍ਰਾਪਤੀ ਹੋਵੇ। ਅਤੇ ਮੈਂ ਫਿਰ ਇਹ ਵੀ ਖੋਜ ਕੀਤੀ ਹੋਈ ਆ ਵੀ ਦੇਖੋ ਗੁਰਬਾਣੀ ਵਿੱਚ ਲਫ਼ਜ਼ ਅਰਦਾਸ ਕਈ ਦਫ਼ਾ ਵਰਤਿਆ ਗਿਆ। ਆਪਣੇ ਗੁਰਦੁਆਰਾ ਵੀ ਅਰਦਾਸ ਕਰਦੇ ਜੀ, ਕਹਿੰਦੇ ਉਹ ਫਲਾਣੇ ਨੇ ਨਵੀਂ ਬਿਜ਼ਨਸ ਚਲਾਈ ਆ ਅਤੇ ਉਹ ਕਾਮਯਾਬ ਹੋ ਜਾਵੇ ਜੀ। ਪਰ ਗੁਰਬਾਣੀ ਵਿੱਚ ਇਹੋ ਜਿਹਾ ਕੋਈ ਫਿਜ਼ੀਕਲ ਚੀਜ਼ ਕਦੇ ਵੀ ਨਹੀਂ ਮੰਗੀ ਹੋਈ। ਓਕੇ। ਜਿਹੜੀ ਅਰਦਾਸ ਕਿਹਾ ਗਿਆ, ਇੱਕ ਦਫ਼ਾ ਜਿੰਨੇ ਵੀ ਲਫ਼ਜ਼ ਗੁਰਬਾਣੀ ਵਿੱਚ ਅਰਦਾਸ ਜਿੰਨੀ ਦਫ਼ਾ ਆਈ ਆ, ਮੇਰਾ ਖਿਆਲ 105 ਦਫ਼ਾ, ਮੈਂ ਇੱਕ ਕਰਕੇ ਸਾਰੇ 105 ਚੈੱਕ ਕੀਤੇ ਨੇ। ਮੈਂ ਨਾ ਉਹਦਾ ਮੈਂ ਨਾ ਇਹੀ ਆ, ਸਾਨੂੰ ਨਾਮ ਦਿਓ, ਨਾਮ ਬਖਸ਼ੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਨਾਮ ਵਿੱਚ ਸਾਰਾ ਕੁਛ ਹੈਗਾ। ਜੇ ਤੁਸੀਂ ਨਾਮ ਦੀ ਪ੍ਰਾਪਤੀ ਕਰ ਲੈਂਦੇ ਹੋ, ਰੱਬ ਨਾਲ ਜੁੜ ਜਾਂਦੇ ਹੋ, ਉਹਦੇ ਗੁਣ ਆਪਣੇ ਅੰਦਰ ਪਾ ਲੈਂਦੇ ਹੋ, ਤੁਹਾਨੂੰ ਫਿਰ ਸਾਰਾ ਕੁਛ ਹੀ ਮਿਲ ਜਾਂਦਾ ਹੈ। ਠੀਕ ਹੈ। ਓਕੇ। ਸੋ ਇਸ ਕਰਕੇ ਨਾਮ ਜਿਹੜਾ ਇਹ ਬੜਾ ਇੰਪੋਰਟੈਂਟ ਹੈਗਾ, ਅਤੇ ਨਾਮ ਦਾ ਮਤਲਬ ਇਹੀ ਆ ਇਹ ਜਿਹੜਾ ਰੱਬ ਹੈਗਾ ਅਤੇ ਰੱਬੀ ਗੁਣ। ਓਕੇ। ਓਕੇ। ਅਤੇ ਹੁਣ ਅੰਮ੍ਰਿਤ ਦੀ ਗਾਹਾਂ ਗੱਲ ਕਰੀਏ, ਇਹਦੇ ਨਾਲ ਜੁੜਿਆ ਹੋਇਆ ਜੀ। ਅੰਮ੍ਰਿਤ ਦੇ ਬੜਾ ਕਨਫਿਊਜ਼ਨ ਹੈਗਾ, ਕਿਉਂਕਿ ਬਾਬਿਆਂ ਨੇ ਖਾਸ ਕਰ ਅਚੀਵ ਕਰਤਾ ਹੈਗਾ, SGPC ਵਾਲਿਆਂ ਨੇ ਵੀ ਅਚੀਵ ਕਰ ਦਿੱਤਾ ਹੋਇਆ, ਅਸੀਂ ਜੀ ਇੰਨਿਆਂ ਨੂੰ ਅੰਮ੍ਰਿਤ ਛਕਾਉਣਾ ਹੈਗਾ ਜੀ, ਉਹਨੂੰ ਬਿਲਕੁਲ ਨਹੀਂ ਪਤਾ ਅੰਮ੍ਰਿਤ ਦਾ ਮਤਲਬ ਹੀ ਕੀ ਹੈ ਹੈਗਾ। ਜੇ ਕਿਸੇ ਨੂੰ ਅੰਮ੍ਰਿਤ ਛਕਾਉਣਾ, ਜਿੱਦਾਂ ਗੁਰੂ ਜੀ ਨੇ ਆਹ ਪਹਿਲਾਂ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ, ਪਹਿਲਾਂ ਆਪਣੇ ਵਿੱਚੋਂ ਜਿਹੜੇ ਔਗਣ ਉਹ ਕੱਢੋ, ਠੀਕ ਹੈ, ਫਿਰ ਕਹਿਣਾ ਰੱਬ ਨੂੰ ਵੀ ਮੈਂ ਹਾਂ ਜੀ ਮੈਂ ਇਹਦੇ ਹੁਣ ਕਾਬਲ ਬਣ ਗਿਆ ਹੋਇਆ, ਤੁਸੀਂ ਮੈਨੂੰ ਹੁਣ ਅੰਮ੍ਰਿਤ ਦਿਓ, ਦਾਤ ਬਖਸ਼ੋ। ਓਕੇ, ਦਾਤ ਬਖਸ਼ੋ, ਦਿਸ ਦੀ ਕਾਨਸੈਪਟ ਅੰਮ੍ਰਿਤ। ਆਮ ਕੀ ਕਰਦੇ ਨੇ, ਆਓ ਜੀ ਅੰਮ੍ਰਿਤ ਛਕਾ ਲਓ, ਬਾਅਦ 'ਚ ਸ਼ਾਇਦ ਕੁਛ ਪਤਾ ਲੱਗ ਜਾਊਗਾ, ਉਹ ਕੁਛ ਵੀ ਨਹੀਂ ਹੁੰਦਾ, ਉਹਨਾਂ ਨੂੰ ਸਿਰਫ ਗੁਮਾਨ ਹੀ ਹੋ ਜਾਂਦਾ, ਉਹਨੇ ਤਾਂ ਜੀ ਅੰਮ੍ਰਿਤ ਛਕਿਆ ਹੋਇਆ। ਉਹ ਕਿਸੇ ਜਾਂਦੇ ਨੇ ਰਿਸ਼ਤੇਦਾਰ ਦੇ ਘਰ, ਮੈਨੂੰ ਇਹ ਵੀ ਪਤਾ ਹੈਗਾ ਉਹਨਾਂ ਦੇ ਘਰ ਦੇ ਉੱਥੋਂ ਚਾਹ ਨਹੀਂ ਪੀਣਗੇ, ਠੀਕ, ਉਹਨਾਂ ਗੁਮਾਨ ਇੰਨਾ ਆ ਗਿਆ ਹੋਇਆ, ਆਪਣੇ ਉੱਚਾ ਸਮਝਦੇ ਆ। ਓਕੇ। ਜਿਹੜਾ ਅੰਮ੍ਰਿਤ ਹੈਗਾ, ਜਿਹੜੀ ਗੁਰਬਾਣੀ ਆ, ਇਹੀ ਅੰਮ੍ਰਿਤ ਹੈਗਾ। ਓਕੇ। ਆਪਾਂ ਜਿਹੜਾ ਇਹ ਪਲਾਉਂਦੇ ਨੇ ਨਾ, ਉਹਦੀ ਗੱਲ ਨਹੀਂ ਕਰ ਰਹੇ ਹੈਗੇ। ਜਿਹੜੀ ਗੁਰਬਾਣੀ ਇਸ ਅੰਮ੍ਰਿਤ, ਜਿਹੜੇ ਵਰਚੂ ਨੇ, ਗੁਣ ਨੇ, ਉਹ ਅੰਮ੍ਰਿਤ ਹੈਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਰਾਈਟ, ਤੇਰੀ ਬਾਣੀ ਜਿਹੜੀ ਆ ਇਹੀ ਅੰਮ੍ਰਿਤ ਹੈਗਾ, ਇਹਦੇ 'ਚ ਹੀ ਗੁਣ ਨੇ ਸਾਰੇ। ਜਿੱਦਾਂ ਆਪਾਂ ਨੂੰ ਪਾਣੀ ਚਾਹੀਦਾ ਨਾ ਫਿਜ਼ੀਕਲ ਲਾਈਫ ਵਾਸਤੇ, ਇਸ ਤਰ੍ਹਾਂ ਜਿਹੜੀ ਸਪਿਰਚੁਅਲ ਲਾਈਫ ਆ, ਇਹਦੇ ਵਾਸਤੇ ਇਹ ਰੱਬ ਦੇ ਗੁਣ ਚਾਹੀਦੇ ਨੇ। ਠੀਕ ਹੈ। ਨਾਮ ਜਲ, ਨਾਮ ਜਲ, ਦੈਟਸ ਅੰਮ੍ਰਿਤ, ਰੱਬੀ ਗੁਣ। ਅੰਮ੍ਰਿਤ ਬਾਣੀ ਹਰ ਤੇਰੀ, ਜਾਂ ਦੂਸਰਾ ਹੈਗਾ ਵਾਹ ਵਾਹ ਬਾਣੀ ਨਿਰੰਕਾਰ ਹੈ। ਸੋ ਇਹੀ ਅੰਮ੍ਰਿਤ ਹੈਗਾ। ਓਕੇ। ਅੱਛਾ, ਇਹਦੇ 'ਚ ਅੰਮ੍ਰਿਤ ਦਾ ਜਿੱਥੇ ਆਉਂਦਾ ਹੈ, ਜ਼ਿਕਰ ਆਉਂਦਾ ਹੈ, ਉਹਦੇ 'ਚ ਅਸੀਂ ਸਰੋਵਰ ਨਾਲ ਜੋੜ ਦਿੰਦੇ ਹਾਂ ਕਈ ਵਾਰੀ, ਉਹ ਵੀ ਅੰਮ੍ਰਿਤਸਰ ਨਾਵੇ ਦਾ ਵੀ ਇੱਕ ਸ਼ਬਦ ਆਉਂਦਾ ਹੈਗਾ।
ਜਿਹੜਾ ਅੰਮ੍ਰਿਤ ਤਾਂ ਤੁਸੀਂ ਕਿਹਾ ਸਿਧਾਂਤ ਜਿਹੜਾ ਹੈਗਾ ਉਹ ਹੈਗਾ ਕਿ ਉਹ ਵਰਚੂਜ਼ ਨੂੰ ਅਸੀਂ ਇੰਬਾਈਬ ਕਰਨਾ ਆਪਣੇ ਜੀਵਨ ਦੇ ਵਿੱਚ, ਉਸ ਅੰਮ੍ਰਿਤ ਨੂੰ ਅਸੀਂ ਪੀਣਾ ਹੈਗਾ, ਔਰ ਉਸਦੇ ਨਾਲ ਨਾਲ ਔਫਕੋਰਸ ਇਸ ਨੂੰ ਵੀ ਇਨਕਾਰ ਅਸੀਂ ਨਹੀਂ ਕਰ ਸਕਦੇ, ਜਿਹੜਾ ਪੌਲ ਹੈਗਾ ਹੈ ਖੰਡੇ ਦਾ ਪੌਲ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਛਕਾਇਆ, ਉਸਦਾ ਮਕਸਦ ਸੀ ਖਾਲਸਾ ਦੀ ਜਿਹੜੀ ਕ੍ਰੀਏਸ਼ਨ ਸੀ। ਸੋ ਤੁਹਾਡਾ ਇਹ ਕਹਿੰਦਾ ਮਤਲਬ ਕਿ ਅੰਮ੍ਰਿਤ ਛਕਣ ਨਾਲ ਕੁਝ ਨਹੀਂ ਹੋਣਾ, ਪਹਿਲਾਂ ਆਪਣੇ ਆਪ ਨੂੰ ਤੁਸੀਂ ਇਹਨਾਂ ਵਾਈਸਿਸ ਤੋਂ ਕੱਢੋ ਅਤੇ ਫਿਰ ਤੁਸੀਂ ਅੰਮ੍ਰਿਤ ਲੈਣ ਤੱਕ ਉਹ ਜਿਹੜਾ ਹੈਗਾ ਸਿਧਾਂਤ ਗੁਰੂ ਨੇ ਚਲਾਇਆ ਸੀ, ਨਾ ਕਿ ਵੱਖਰਾ ਕਿ ਜੇ ਤੁਸੀਂ ਅੰਮ੍ਰਿਤ ਛਕ ਲਿਆ ਤਾਂ ਉਸ ਤੋਂ ਬਾਅਦ ਸਾਰੇ ਤੁਹਾਡੇ ਗੁਣ ਖਤਮ ਹੋ ਜਾਣ। ਹਾਂਜੀ, ਦੇਖੋ ਜੀ ਹਰਪ੍ਰੀਤ ਸਿੰਘ ਜੀ, ਜਿਹੜੀਆਂ ਲਾਵਾਂ ਹੁੰਦੀਆਂ ਉਹ ਸ਼ਬਦ ਤੋਂ ਪਹਿਲਾਂ ਜਿਹੜਾ ਸ਼ਬਦ ਆਉਂਦਾ ਹੈਗਾ ਜੀ ਚੌਥੀ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ, ਉਹਦੇ 'ਚ ਉਹਨਾਂ ਨੇ ਆਪਣੀ ਤਿਆਰੀ ਕੀਤੀ ਆ ਵਿਆਹ ਵਾਸਤੇ, ਰੱਬ ਨਾਲ ਵਿਆਹ ਕਰਨ ਵਾਸਤੇ ਆਪਣੀ ਤਿਆਰੀ ਕੀਤੀ ਆ। ਤਿਆਰੀ ਕਿਸ ਤਰ੍ਹਾਂ ਕੀਤੀ ਆ, ਉਹਨਾਂ ਨੇ ਲਿਖਿਆ ਹੋਵੇ ਮੈਂ ਆਹ ਫਲਾਨੇ ਆਹ ਜਿਹੜੇ ਔਗਣ ਇਹ ਵੀ ਕੱਢਤੇ, ਆਹ ਵੀ ਕੱਢਤੇ, ਆਹ ਵੀ ਕੱਢਤੇ। ਉਹ ਜਦੋਂ ਆਪਣੇ ਵਿੱਚੋਂ ਔਗਣ ਪਹਿਲਾਂ ਕੱਢੇ, ਆਪਣੇ ਆਪ ਨੂੰ ਤਿਆਰ ਕਰਨਾ ਹੈਗਾ, ਫਿਰ ਕਹਿੰਦੇ ਮੈਂ ਹੁਣ ਰੈਡੀ ਹੋ ਗਿਆ। ਇਸੇ ਤਰ੍ਹਾਂ ਇਹ ਜਿਹੜੀ ਅੰਮ੍ਰਿਤ ਛਕਣਾ ਇਹ ਗੱਲ ਹੈਗੀ ਆ, ਪਹਿਲਾਂ ਆਪਣੇ ਆਪ 'ਚੋਂ ਇਹ ਜਿਹੜੇ ਔਗਣ ਇਹ ਕੱਢੋ, ਉਹ ਤਿਆਰ ਹੋਵੋ, ਫਿਰ ਕਹੋ ਹਾਂਜੀ ਮੈਂ ਹੁਣ ਲਾਇਕ ਬਣ ਗਿਆ, ਪਬਲਿਕਲੀ ਡਿਕਲੇਅਰ ਕਰ ਰਿਹਾ ਹੈਗਾ। ਰਾਈਟ, ਓਕੇ, ਦਿਸ ਇਜ਼ ਦੀ ਹੋਲ ਮੈਸੇਜ ਆਫ ਅੰਮ੍ਰਿਤ। ਓਕੇ, ਅਤੇ ਜਿਹੜੀ ਅੰਮ੍ਰਿਤਸਰ ਦੀ ਗੱਲ ਆ, ਇਹ ਵੀ ਕਮਰਸ਼ਲ ਜੀ ਠੱਗੀ ਵਾਲੀ ਗੱਲ ਬਣ ਗਈ ਹੋਈ, ਚਾਹੇ ਆਪਣੀ ਅਰਦਾਸ ਵਿੱਚ ਵੀ ਲਿਖਿਆ ਕਹਿੰਦੇ ਨੇ ਪੜ੍ਹਦੇ ਨੇ ਅੰਮ੍ਰਿਤਸਰ ਜੀ ਦਾ ਇਸ਼ਨਾਨ, ਉਹਦੇ ਚਾਹੇ ਜਾ ਕੇ ਹਜ਼ਾਰ ਦਫ਼ਾ ਉਹਦੇ ਚੁੱਭੀਆਂ ਮਾਰੇ ਜਾਓ, ਉਹਦੇ ਕੁਛ ਵੀ ਨਹੀਂ ਹੋਣਾ, ਉੱਥੇ ਮੱਛੀਆਂ ਵੀ ਰਹਿੰਦੀਆਂ ਨੇ। ਉਹ ਜਿੰਨਾ ਚਿਰ ਆਪਣੇ ਮਨ ਦੀ ਸੋਚ ਨਹੀਂ ਤੁਸੀਂ ਪਲਟਦੇ, ਕੁਛ ਵੀ ਬਣਨਾ ਇਸ ਔਨ ਯੋਰ ਮਾਇੰਡ, ਕਿਉਂਕਿ ਗੁਰਬਾਣੀ ਮਾਇੰਡ ਵਾਸਤੇ ਹੈਗੀ ਆ, ਮਾਇੰਡ ਟ੍ਰਾਂਸਫਰਮੇਸ਼ਨ ਦਾ ਜਿਹੜਾ ਹੈਗਾ ਫੋਕਸ ਕਰਦੀ ਹੈ ਗੁਰਬਾਣੀ, ਨਾ ਕਿ ਤੁਹਾਡੇ ਸਰੀਰਕ ਜਿਹੜੀਆਂ ਨੀਡਸ ਨੇ ਉਸਨੂੰ ਪੂਰਾ ਕਰਦੀ। ਰਾਈਟ, ਓਕੇ, ਅਤੇ ਜਿੱਥੇ ਕਿਤੇ ਵੀ ਅੰਮ੍ਰਿਤਸਰ ਬਾਣੀ ਵਿੱਚ ਲਿਖਿਆ ਹੋਇਆ ਅੰਮ੍ਰਿਤਸਰ, ਉਹ ਸ਼ਹਿਰ ਦੀ ਗੱਲ ਨਹੀਂ ਕਰ ਰਹੇ, ਅੰਮ੍ਰਿਤ ਦੇ ਸਰੋਵਰ ਦੀ ਗੱਲ ਕਰ ਰਹੇ ਨੇ। ਅਤੇ ਅੰਮ੍ਰਿਤ ਸਰੋਵਰ ਜਿਹੜਾ ਹੈਗਾ ਉਹ ਤਾਂ ਉਦੋਂ ਪਹਿਲਾਂ ਅੰਮ੍ਰਿਤਸਰ ਜਿਹੜਾ ਸਰੋਵਰ ਬਣਿਆ ਉਦੋਂ ਪਹਿਲਾਂ ਦੀ ਵੀ ਉਹਦੇ ਬਾਣੀ 'ਚ ਉਹਦਾ ਜ਼ਿਕਰ ਹੈਗਾ। ਇਹਦਾ ਮਤਲਬ ਜਿਹੜੇ ਰੱਬੀ ਗੁਣ ਨੇ ਅੰਮ੍ਰਿਤ ਦੇ ਗੁਣ, ਉਹਨਾਂ ਦੀ ਗੱਲ ਕਰ ਰਹੇ ਨੇ। ਓਕੇ, ਯੈਸ, ਅੱਛਾ, ਰੱਬ ਦਾ ਨਾਮ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਨਾਮ ਮੀਨਸ ਰੱਬ, ਯੈਸ, ਕ੍ਰੀਏਟਰ ਜਿਹਨੂੰ ਅਸੀਂ ਕਹਿੰਦੇ ਹਾਂ। ਹਾਂਜੀ, ਪਰ ਸਿਮਰਨ ਦਾ ਬਹੁਤ ਵਾਰ ਜ਼ਿਕਰ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ ਕਿ ਵੀ ਬਾਰ ਬਾਰ ਸਿਮਰਨ ਦਾ ਕੀ ਮਤਲਬ ਹੈ ਕਿ ਬਾਰ ਬਾਰ ਉਸ ਰੱਬ ਦਾ ਨਾਮ ਲੈਣਾ, ਕੀ ਉਹ ਸਿਮਰਨ ਹੈਗਾ ਜਾਂ ਕੁਝ ਹੋਰ ਕੋਨਸੈਪਟ ਹੈਗਾ? ਹਾਂਜੀ, ਇਹ ਸਿਮਰਨ ਵਿੱਚ ਵੀ ਆਪਾਂ ਨੂੰ ਵੱਡੀ ਬਹੁਤੀ ਵੱਡੀ ਗਲਤਫਹਿਮੀ ਵਿੱਚ ਪਾਇਆ ਹੋਇਆ। ਅੱਜ ਕੱਲ੍ਹ ਤਾਂ ਯੰਗ ਪੀਪਲ ਵੀ ਉਹਦੇ 'ਚ ਫਸ ਗਏ ਹੋਏ ਨੇ, ਉਹ ਕਹਿੰਦੇ ਜੀ ਅਸੀਂ 10-10 ਘੰਟੇ ਦਾ ਸਮਾਗਮ ਕਰਨਾ ਹੈਗਾ ਅੱਜ, ਦੈਟਸ ਨੋਟ ਸਿਮਰਨ। ਕਈ ਜਿਹੜੇ ਆਮ ਜਿਹੜੇ ਕਰਦੇ ਨੇ ਉਹ ਵਾਹਿਗੁਰੂ ਰਿਪੀਟ ਕਰੀ ਜਾਂਦੇ, ਵਾਹਿਗੁਰੂ ਸਤਨਾਮ ਰਿਪੀਟ ਕਰੀ ਜਾਂਦੇ ਆ, ਕਈ ਮੂਲ ਮੰਤਰ ਹੀ ਰਿਪੀਟ ਕਰੀ ਜਾਂਦੇ ਆ, ਉਹ ਸੋਚਦੇ ਇਹੀ ਸਿਮਰਨ ਹੈਗਾ। ਦਿਸ ਇਜ਼ ਨੋਟ ਸਿਮਰਨ। ਓਕੇ, ਸਿਮਰਨ ਦਾ ਮਤਲਬ ਹੈਗਾ ਜਿਹੜੀ ਥੋਟਫੁਲੀ ਵਿਚਾਰ ਕਰਨਾ, ਜੋ ਤੁਸੀਂ ਪੜ੍ਹਦੇ ਹੋ ਉਹਨੂੰ ਥਿੰਕ ਕਰਨਾ ਵੀ ਇਹ ਮਤਲਬ ਕੀ ਹੈਗਾ, ਇਹ ਮੇਰੀ ਜ਼ਿੰਦਗੀ ਵਿੱਚ ਮੈਂ ਕਿਸ ਤਰ੍ਹਾਂ ਇਹਨੂੰ ਸ਼ਾਮਿਲ ਕਰ ਸਕਦਾ ਹੈਗਾ, ਉਹਨੂੰ ਵਿਚਾਰ ਕਹੀਦਾ, ਵਿਚਾਰ ਕਰਨਾ। ਓਕੇ, ਕੰਟੈਂਪਲੇਸ਼ਨ ਜਿਹਨੂੰ ਕਹਿੰਦੇ ਨੇ। ਸੋ ਜਿਹੜਾ ਸਿਮਰਨ ਅੱਜ ਕੱਲ੍ਹ ਆਮ ਹੋ ਰਿਹਾ ਹੈਗਾ ਬਈ ਰੱਟਾ ਜਿਹਾ ਲੱਗਿਆ ਹੋਇਆ, ਦੈਟਸ ਨੋਟ ਸਿਮਰਨ। ਸੋ ਸਿਮਰਨ ਇਜ਼ ਟੂ ਅੰਡਰਸਟੈਂਡ ਹਿਜ਼ ਹੁਕਮ ਐਂਡ ਸੀ ਹਾਓ ਯੂ ਕੈਨ ਅਪਲਾਈ ਇਟ ਟੂ, ਜਪਣਾ ਵੀ ਉਹੀ ਆ, ਯੂ ਨੋ ਯੂ ਕੈਨ ਸੇ ਵਾਹਿਗੁਰੂ ਵਾਹਿਗੁਰੂ, ਪਰ ਇਹ ਜੇ ਉਹਦਾ ਰੱਟਾ ਹੀ ਲਾਈ ਜਾਣਾ ਹੈਗਾ ਤਾਂ ਕਹਿੰਦੇ ਹੋ ਮੈਂ ਸਿਮਰਨ ਕਰ ਰਿਹਾ, ਕੁਛ ਨਹੀਂ ਮਿਲਣਾ ਹੈਗਾ, ਜਿੱਥੋਂ ਚੱਲੇ ਉੱਥੇ ਖੜ੍ਹੇ ਰਹਿਣਾ। ਓਕੇ, ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਬਾਲ ਹੁਕਮ ਰਜਾਈ ਚੱਲਣ ਨਾਨਕ ਲਿਖਿਆ ਨਾਲ, ਹੁਕਮ ਦੇ ਵਿੱਚ ਚੱਲਣ ਦਾ ਕੀ ਮਤਲਬ ਹੈ, ਹੁਕਮ ਕੀ ਹੈਗਾ? ਹਾਂਜੀ, ਹੁਕਮ ਜਿਹੜਾ ਹੈਗਾ ਆਪਾਂ ਭਾਣਾ ਵੀ ਕਹਿੰਦੇ ਹਾਂ, ਹੈ ਕਿ ਨਹੀਂ? ਅੱਛਾ, ਆਪਾਂ ਨੂੰ ਜਿਹੜਾ ਪ੍ਰੀਚ ਕੀਤਾ ਜਾਂਦਾ ਬਈ ਸਾਰਾ ਕੁਛ ਜੋ ਹੋ ਰਿਹਾ ਤੁਸੀਂ ਰੱਬ ਦੇ ਭਾਣੇ 'ਤੇ ਕਰ ਰਹੇ ਹੋ, ਹੋਰ ਨਹੀਂ ਕੁਛ ਹੋ ਸਕਦਾ ਹੈਗਾ ਜੀ। ਹਾਲਾਂਕਿ ਆਪਾਂ ਨੂੰ ਦੱਸਿਆ ਗਿਆ ਹੈਗਾ ਬਈ ਤੁਸੀਂ ਆਪਣੀ ਹੱਥੀਂ ਸਾਰਾ ਕੁਛ ਕਰਨਾ ਹੈਗਾ, ਆਪ ਕਰੋ। ਓਕੇ, ਪਰ ਉਹਦੇ ਲਿਮੀਟੇਸ਼ਨ ਹੈਗੀ ਆ, ਉਹ ਲਿਮੀਟੇਸ਼ਨ ਇਹ ਆ ਬਈ ਜੋ ਕੁਛ ਵੀ ਸਾਰਾ ਕੁਛ ਅਸੀਂ ਚਾਹੁੰਦੇ ਹਾਂ ਉਹ ਆਪਾਂ ਨੂੰ ਹਮੇਸ਼ਾ ਨਹੀਂ ਮਿਲ ਸਕਦਾ ਹੈਗਾ। ਠੀਕ, ਓਕੇ, ਜਿੱਦਾਂ ਸੁਖਮਣੀ ਸਾਹਿਬ ਵਿੱਚ ਲਿਖਿਆ ਹੋਇਆ ਜੇ ਇੱਦਾਂ ਹੋ ਸਕਦਾ ਹੋਵੇ ਗੁਰੂ ਜੀ ਕਹਿੰਦੇ ਤੁਸੀਂ ਤਾਂ ਸਾਰਾ ਕੁਛ ਲੈ ਲਉਂਗੇ, ਇੱਦਾਂ ਨਹੀਂ ਹੋ ਸਕਦਾ ਹੈਗਾ। ਉਹਦਾ ਇਹ ਮਤਲਬ ਹੈਗਾ ਬਈ ਤੁਸੀਂ ਆਪਣੀ ਟਰਾਈ ਕਰੋ,
ਅਤੇ ਜੇ ਉੱਥੇ ਤੱਕ ਜਿਹੜਾ ਤੁਸੀਂ ਅਚੀਵ ਕਰਨਾ ਸੀ ਜੇ ਉੱਥੇ ਤੱਕ ਨਹੀਂ ਮਿਲਿਆ ਹੈਗਾ, ਯੂ ਕੈਨ ਟਰਾਈ ਅ ਡਿਫਰੈਂਟ ਵੇ। ਇਫ ਸਟਿਲ ਨਾਟ ਸਕਸੈਸਫੁਲ, ਉਹ ਤੁਸੀਂ ਕਿਤੇ ਸਲਕ ਨਾ ਕਰੋ ਬਈ, ਕੰਧ 'ਚ ਮੱਥਾ ਨਾ ਮਾਰੋ, ਮੈਂ ਤਾਂ ਉਹ ਕਰਨਾ ਹੋਇਆ ਹੀ ਨਹੀਂ ਗਾ। ਐਕਸੈਪਟ ਕਰ ਲਓ, ਐਕਸੈਪਟ ਕਰ ਲਓ, ਗੋ ਔਨ ਟੂ ਸਮਥਿੰਗ ਐਲਸ, ਇਹ ਉਹਦਾ ਹੁਕਮ ਮੰਨਣਾ, ਯੂ ਵਿਲ ਬੀ ਹੈਪੀਅਰ। ਓਕੇ, ਸੋ ਦੈਟਸ ਉਹਦਾ ਹੁਕਮ ਮੰਨਣਾ ਹੈਗਾ। ਪਰ ਪਾਣੀ ਦੀ ਜਿਹੜੀ ਕਨੋਟੇਸ਼ਨ ਹੈਗੀ, ਅਸੀਂ ਆਮ ਤੌਰ ਦੇ ਉੱਤੇ ਅਗੇਨ ਇਸ ਨੂੰ ਰਿਲੇਟ ਕੀਤਾ ਗਿਆ ਡੈਥ ਦੇ ਨਾਲ ਹੀ, ਜਦੋਂ ਕੁਝ ਮਾੜਾ ਹੋ ਜਾਂਦਾ ਅਸੀਂ ਕਹਿੰਦੇ ਜੀ ਰੱਬ ਦਾ ਪਾਣਾ, ਇਸ ਨੂੰ ਅਸੈਪਟ ਕਰ ਲਓ। ਸੋ ਪਾਣਾ ਇਜ਼ ਐਵਰੀਥਿੰਗ ਵਾਟ ਇਜ਼ ਹੈਪਨਿੰਗ ਐਂਡ ਵੀ ਅਸੈਪਟਡ, ਇਜ਼ ਦੈਟ ਪਾਣਾ? ਨਹੀਂ ਜੀ, ਆਹ ਜਿਹੜਾ ਕਹਿੰਦੇ ਉਹ ਪਾਣਾ ਇੱਦਾਂ ਹੋ ਗਿਆ, ਉਹ ਤਾਂ ਸਿਰਫ ਇੱਕ ਕ੍ਰੱਚ ਬਣਾਈ ਆ ਜਿਹਦੇ ਕ੍ਰੱਚ ਨਾਲ ਤੁਰੀ ਦਾ ਹੈਗਾ ਨਾ, ਬਈ ਜਿਹੜਾ ਕੁਛ ਹੋ ਗਿਆ ਮਾੜਾ ਜੇ ਕੁਛ ਹੋਇਆ ਤਾਂ ਉਹ ਰੱਬ 'ਤੇ ਬਲੇਮ ਕਰਤਾ। ਠੀਕ ਹੈ, ਇਹ ਰੱਬ ਦਾ ਪਾਣਾ ਸੀਗਾ। ਉਹਨਾਂ ਨੂੰ ਨੋ, ਦੈਟਸ ਵਾਟ ਹੈਪਨ, ਡੂ ਸਮਥਿੰਗ ਐਲਸ ਨਾਓ, ਟਰਾਈ ਸਮਥਿੰਗ ਐਲਸ। ਓਕੇ, ਇਹ ਵਾਰ ਵਾਰ ਆਪਾਂ ਨੂੰ ਇਹ ਰੀਇਨਫੋਰਸ ਕੀਤਾ ਗਿਆ, ਅਤੇ ਮੈਂ ਵਾਰ ਵਾਰ ਇਹੀ ਸੁਣਦਾ ਹੈਗਾ ਉਹਦਾ ਜੀ ਉਹਦਾ ਪਾਣਾ ਹੈਗਾ। ਨੋ, ਟਰਾਈ ਯੋਰ ਬੈਸਟ, ਟਰਾਈ ਯੋਰ ਬੈਸਟ, ਇਫ ਯੂ ਕੈਨ ਅਚੀਵ ਇਟ ਫਾਈਨ, ਜੇ ਤੁਸੀਂ ਟਰਾਈ ਕਰ ਵੀ ਚੁੱਕੇ ਨਹੀਂ ਅਚੀਵ ਕਰ ਸਕਦੇ ਹੈਗੇ, ਡੋਂਟ ਸਿਟ ਐਂਡ ਕਰਾਈ ਓਵਰ ਇਟ, ਗੋ ਔਨ ਵਿਦ ਯੋਰ ਲਾਈਫ, ਡੂ ਸਮਥਿੰਗ ਐਲਸ। ਅਗੇਨ ਇੰਟਰਸਟਿੰਗ ਪੁਆਇੰਟ, ਡੈਸਟਨੀ ਦਾ ਜਿਹੜਾ ਅਸੀਂ ਸਫ਼ਰ ਹੈਗਾ, ਇਸ ਦੇ ਵਿੱਚ ਵੀ ਅਸੀਂ ਬਹੁਤ ਅੱਜ ਕੱਲ੍ਹ ਬਿਲੀਵ ਕਰਦੇ ਹਾਂ ਕਿ ਡੈਸਟਨੀ ਜਿਹੜੀ ਹੈ ਇਹ ਜੋ ਤੁਹਾਡੀ ਲਿਖੀ ਹੈ ਉਹੀ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜੀ ਤੁਹਾਡੇ ਮੱਥੇ 'ਤੇ ਤੁਹਾਡਾ ਲੇਖ ਲਿਖਿਆ ਹੋਇਆ ਹੈ, ਇਹ ਲੇਖ ਦਾ ਜਿਹੜਾ ਕੋਨਸੈਪਟ ਹੈ ਇਸ ਬਾਰੇ ਵੀ ਕੁਝ ਚਰਚਾ ਕਰਾਂਗੇ, ਲੇਕਿਨ ਇਸ ਬ੍ਰੇਕ ਤੋਂ। ਓਕੇ ਜੀ, ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪੋਂਸਰ ਕੀਤਾ ਗਿਆ ਹੈ। 6045076666 'ਤੇ ਫੋਨ ਕਰੋ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666 'ਤੇ ਫੋਨ ਕਰੋ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਮੇਰਾ ਸਾਥ ਦੇ ਰਹੇ ਸਰਦਾਰ ਮਨਮੋਹਨ ਸਿੰਘ ਜੀ, ਅਤੇ ਕੁਝ ਉਹ ਵਿਸ਼ੇ ਜਿਨ੍ਹਾਂ ਦੇ ਉੱਤੇ ਆਮ ਤੌਰ 'ਤੇ ਅਸੀਂ ਚਰਚਾ ਕਰਦੇ ਹਾਂ, ਉਸ ਬਾਰੇ ਗੱਲਬਾਤ ਕਰ ਰਹੇ ਹਾਂ, ਔਰ ਮੁੜ ਤੋਂ ਤੁਹਾਨੂੰ ਸ਼ਾਮਿਲ ਕਰਦੇ ਹਾਂ। ਸੋ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਪੁੱਛ ਰਿਹਾ ਸੀ ਜੀ ਕਿ ਡੈਸਟਨੀ ਭਾਣਾ ਜਿਹੜਾ ਹੈਗਾ, ਕੀ ਐਵਰੀਥਿੰਗ ਇਜ਼ ਪ੍ਰੀ ਡਿਸਟਾਈਨਡ, ਆਰ ਵੀ ਦ ਕ੍ਰੀਏਟਰ ਆਫ ਆਰ ਡੈਸਟਨੀ, ਔਰ ਗੋਡ ਹੈਜ਼ ਕ੍ਰੀਏਟਡ ਆਰ ਡੈਸਟਨੀ? ਇਹਦਾ ਮੈਂ ਬੜਾ ਸੋਚਿਆ ਜੀ, ਪਰ ਇਹਦਾ ਮੈਨੂੰ ਤਸੱਲੀ ਆਈ ਆ ਵੀ ਇਹਦਾ ਮਤਲਬ ਕੀ ਆ ਜਿਹੜਾ ਇਹ ਤੁਹਾਡੇ ਮੱਥੇ 'ਤੇ ਲਿਖਿਆ ਹੋਇਆ ਜੀ। ਇਹ ਗੋਲਮੋਲ ਜੀ ਆਰਗੂਮੈਂਟ ਹੈਗੀ ਆ। ਓਕੇ, ਕਿਉਂਕਿ ਮੈਂ ਰਿਸਰਚ ਕਰਦਾ ਗੁਰਬਾਣੀ ਦੀ, ਮੈਂ ਇਹ ਜਿਹੜੇ ਲਫ਼ਜ਼ ਕਹਿੰਦਾ ਇਹ ਸੋਚ ਵਿਚਾਰ ਕੇ ਕਹਿੰਦਾ ਇਹ ਗੋਲਮੋਲ ਜੀ ਆਰਗੂਮੈਂਟ ਆ ਜੀ। ਪਹਿਲਾਂ ਕੋਈ ਵੀ ਨਹੀਂ ਦੱਸ ਸਕਦਾ ਹੈ ਵੀ ਗਾਹਾਂ ਕੀ ਹੋਣਾ ਫਿਊਚਰ ਵਿੱਚ ਜਾ ਕੇ। ਠੀਕ ਹੈ, ਉਹ ਜੋ ਕੁਛ ਹੋ ਜਾਂਦਾ ਹੈਗਾ ਉਹਨੂੰ ਕਹਿੰਦੇ ਇਹੀ ਤੁਹਾਡੇ ਲਿਖਿਆ ਸੀਗਾ। ਇਹਦਾ ਮਤਲਬ ਇਹੀ ਲੈਣਾ ਚਾਹੀਦਾ ਵੀ ਜਿਹੜਾ ਸਾਰਾ ਕੁਛ ਅਸੀਂ ਚਾਹੁੰਦੇ ਹਾਂ ਵੀ ਆਹ ਸਾਨੂੰ ਮਿਲ ਜਾਵੇ, ਉਹ ਹਮੇਸ਼ਾ ਨਹੀਂ ਮਿਲਦਾ ਹੈਗਾ, ਉਹਨੂੰ ਸਿਰਫ ਐਕਸੈਪਟ ਕਰ ਲਓ। ਠੀਕ ਹੈ, ਅਤੇ ਦੈਟਸ ਆਲ ਆਈ ਕੈਨ ਅਚੀਵ, ਅਤੇ ਕਹਿ ਦਿਓ ਰੱਬ ਦਾ ਭਾਣਾ ਜੇ ਕਹਿਣਾ, ਯੂ ਨੋ, ਬਟ ਦੈਟਸ ਆਲ ਯੂ ਕੈਨ ਅਚੀਵ, ਇਹ ਦੈਨ ਯੂ ਮੂਵ ਔਨ, ਦੈਟਸ ਆਲ। ਜਿਹੜਾ ਮੱਥੇ 'ਤੇ ਲਿਖਿਆ ਹੋਇਆ ਉਹਦਾ ਹੋਰ ਕੋਈ ਮਤਲਬ ਹੈ ਹੀ ਨਹੀਂਗਾ ਹੈਗਾ। ਓਕੇ, ਕੁਛ ਨਹੀਂ ਇੱਦਾਂ ਮੱਥੇ 'ਤੇ ਲਿਖਿਆ ਹੋਇਆ, ਇਹਦਾ ਮਤਲਬ ਸਿਰ ਇਹੀ ਆ ਬਈ ਯੂ ਕੈਨ ਨਾਟ, ਮੇ ਬੀ ਯੂ ਡੋਂਟ ਨੋ ਵਟ ਦੀ ਫਿਊਚਰ ਇਜ਼ ਗੋਇੰਗ ਟੂ ਟਰਨ ਆਊਟ ਟੂ ਬੀ, ਐਂਡ ਯੂ ਕੈਨ ਨਾਟ ਗੈਟ ਐਵਰੀਥਿੰਗ ਯੂ ਆਰ ਹੋਪਿੰਗ ਔਰ ਵਿਸ਼ਿੰਗ ਫੋਰ, ਐਕਸੈਪਟ ਇਟ, ਮੂਵ ਔਨ। ਰਾਈਟ, ਪਰ ਇਸ ਦੇ ਵਿੱਚ ਤਾਂ ਅਸੀਂ, ਤੁਸੀਂ ਕਿਹਾ ਕਿ ਫਿਊਚਰ ਬਾਰੇ ਕੁਝ ਨਹੀਂ ਪਤਾ, ਪਰ ਅੱਜ ਤਾਂ ਅਸੀਂ ਦੇਖਦੇ ਹਾਂ ਸਿੱਖ ਵੀ ਬਹੁਤ ਸਾਰੇ ਮੁੰਦਰੀਆਂ ਪਾਈਆਂ ਨੇ, ਪੰਥਾਂ ਕੋਲ ਜਾਂਦੇ ਨੇ, ਬਹੁਤ ਕੁਝ ਆਪਣਾ ਫਿਊਚਰ ਬਾਰੇ ਕਰਦੇ ਨੇ, ਕੀ ਗੁਰਬਾਣੀ ਅਤੇ ਫਿਰ ਗੁਰਬਾਣੀ ਦਾ ਸਹਾਰਾ ਲੈ ਕੇ ਵੀ ਕਈ ਵਾਰੀ ਕਿਹਾ ਜਾਂਦਾ ਕਿ ਜੇ ਤੁਸੀਂ ਇੰਨੇ ਪਾਠ ਕਰੋ ਇਸ ਦਾ ਤੁਹਾਨੂੰ ਫਲ ਮਿਲੇਗਾ, ਇਹ ਫਲ ਦਾ ਜਿਹੜਾ ਕੋਨਸੈਪਟ ਸਿੱਖੀ ਵਿੱਚ ਆਇਆ, ਕੀ ਕੁਝ ਹੈਗਾ ਇਹੋ ਜਿਹਾ ਕਿ ਵੀ ਇਹ ਕੁਝ ਕਰਨ ਦੇ ਨਾਲ ਤੁਹਾਨੂੰ ਕੋਈ ਫਲ ਮਿਲੇਗਾ? ਇਹ ਜਿਹੜਾ ਦੱਸ ਰਿਹਾ ਵੀ ਆਹ ਜੀ 40 ਜਪਜੀ ਸਾਹਿਬ ਦੇ ਪਾਠ ਕਰੋ ਜਾਂ ਇੰਨੇ ਸੁਖਮਣੀ ਦੇ ਸਾਹਿਬ ਦੇ ਉੱਥੇ ਜਾਂ ਬੌੜੀ 'ਤੇ ਜਾ ਕੇ ਹਰੇਕ ਪੌੜੀ 'ਤੇ ਬੈਠ ਕੇ ਪਾਠ ਕਰੋ, ਇਹ ਜਿਹੜੇ ਨੇ ਆਪਾਂ ਨੂੰ ਰੱਬ ਨਾਲੋਂ ਤੋੜਿਆ ਹੋਇਆ, ਇਹ ਉਹਨਾਂ ਦਾ ਹੀ ਕਿਹਾ ਹੋਇਆ ਜੀ। ਦੇਰ ਇਜ਼ ਨਥਿੰਗ ਟੂ ਇਟ। ਗੁਰਬਾਣੀ ਦਾ ਲਾਹਾ ਅਸੀਂ ਤਾਂ ਹੀ ਲੈ ਸਕਦੇ ਹਾਂ ਜੇ ਆਪਣੇ ਮਨ ਵਿੱਚ ਸਮਝਾਂਗੇ। ਗੁਰਬਾਣੀ ਜਪਜੀ ਸਾਹਿਬ ਲਿਖਿਆ ਕਿੰਨੀਆਂ ਪੌੜੀਆਂ ਸੁਣੀਏ,
ਮੰਨੀ ਹੈ ਜੀ। ਅੱਛਾ, ਜੇ ਆਪਾਂ ਸੁਣੀਏ ਧਿਆਨ ਨਾਲ ਅਤੇ ਗਾਹਾਂ ਜਾ ਕੇ ਉਹ ਜਿਹੜੀ ਸੁਣਿਆ ਅਤੇ ਸਮਝੇ ਹਾਂ ਉਹਨੂੰ ਫਿਰ ਮੰਨੀਏ ਵੀ, ਉਹਨੂੰ ਆਪਣੇ ਮਨ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰੀਏ, ਫਿਰ ਹੀ ਕੁਛ ਹੋ ਸਕਦਾ ਜੀ। ਅਤੇ ਜੇ ਆਪਾਂ ਸੋਚਦੇ ਨਹੀਂ ਸਮਝਦੇ ਨਹੀਂ ਕੀ ਇਹ ਕਿਹਾ ਹੋਇਆ, ਉਹ ਕਹਿੰਦੇ ਇੰਨੇ ਪਾਠ ਕਰ ਲਓ, ਉਹ ਜੇ ਤੋਤੇ ਮੈਂ ਉਹ ਰੱਟੀ ਜਾਂਦੇ ਹਾਂ ਉਹ ਜਿੱਥੋਂ ਚੱਲੇ ਸੀ ਉੱਥੇ ਹੀ ਰਹਿਣਾ। ਦੇਰ ਇਜ਼ ਨੋ ਫਲ ਇਨ ਇਟ, ਯੂ ਆਰ ਵੇਸਟਿੰਗ ਯੋਰ ਟਾਈਮ। ਇੱਕ ਦਫ਼ਾ ਜਿਹੜੀ ਮੈਂ ਈਮੇਲ ਸ਼ੇਅਰ ਕਰਦਾ ਹੁੰਦਾ, ਇੱਕ ਯੰਗ ਲੜਕੀ ਆ, ਦਿੱਲੀ ਰਹਿੰਦੀ ਆ, ਉਹਨੇ ਮੈਨੂੰ ਲਿਖਿਆ ਵੀ ਮੈਂ ਇੱਕ ਹੋਰ ਤਰੀਕਾ ਸੁਣ ਕੇ ਆਈ ਹਾਂ ਜਿਹੜੇ 40 ਪਾਠ ਕਰਨੇ ਆ ਜਪਜੀ ਸਾਹਿਬ ਦੇ, ਅਤੇ ਉਹ ਕਹਿੰਦੀ ਡਿਫਰੈਂਟ ਆ। ਮੈਂ ਉਹਨੂੰ ਕਿਹਾ ਨਹੀਂ ਨਹੀਂ ਇਸ ਦੀ ਸੇਮ ਥਿੰਗ ਜੀ, ਓਕੇ। ਪਰ ਉਹਨੇ ਕੀਤੇ, ਉਹਨੂੰ ਮਿਲਿਆ ਉਹਦੇ 'ਚ ਕੁਛ ਵੀ ਨਹੀਂ ਗਾ। ਇਹ ਜਸਟ ਇਪਲੋਏ ਜਿਹੜੇ ਆ ਇੱਧਰ ਕੋਈ ਇਹ ਵੇਚ ਰਹੇ ਨੇ ਚੀਜ਼ਾਂ, ਹੈ ਕਿ ਨਹੀਂ, ਚਾਹੇ ਉਹ ਚਾਹੁੰਦੇ ਨੇ ਬਈ ਸਾਡੇ ਨਾਲ ਹੋਰ ਲੋਕ ਆ ਕੇ ਜੁੜਨ, ਯੂ ਨੋ ਦੇ ਡੂਇੰਗ ਫਾਰ ਦੈਟ। ਇਹ ਵੀ ਕਿਹਾ ਜਾਂਦਾ ਜੀ ਹੁਕਮ ਮੰਨਿਆ ਦੁੱਖ ਜਾਏ, ਇਹ ਇਹ ਕਿਹਾ ਜਾਂਦਾ ਹੈ ਕਿ ਵੀ ਹੁਕਮ ਮੰਨਣ ਦੇ ਨਾਲ ਜਿਹੜਾ ਤੁਹਾਡਾ ਦੁੱਖ ਹੈ, ਕਿਉਂਕਿ ਦੁੱਖ ਸੁੱਖ ਜਿਹੜੇ ਹੈਗੇ ਨੇ ਅਸੀਂ ਸਰੀਰਕ ਤੌਰ 'ਤੇ ਜਾਂ ਸਾਡੀ ਜਿਹੜੀ ਮਟੀਰੀਅਲਿਸਟਿਕ ਨੀਡਸ ਨੇ, ਅਸੀਂ ਗੁਰਬਾਣੀ ਦਾ ਜ਼ਿਆਦਾਤਰ ਉਪਯੋਗ ਇਸ ਕਰਕੇ ਹੀ ਕਰਦੇ ਹਾਂ ਕਿ ਇੰਨਾ ਪਾਠ ਕਰਾਂਗੇ ਤਾਂ ਸਾਨੂੰ ਇਸਦਾ ਇੰਨਾ ਫਲ ਮਿਲੇਗਾ, ਇਹ ਕਰਾਂਗੇ ਤਾਂ ਉਹ ਹੋ ਜਾਏਗਾ। ਸੋ ਇਹ ਜਿਹੜੀ ਟ੍ਰਾਂਜੈਕਸ਼ਨਲ ਅਪਰੋਚ ਸਾਡੀ ਚੱਲ ਰਹੀ ਹੈ, ਗੁਰਬਾਣੀ ਵਿੱਚ ਕਿਤੇ ਸਾਨੂੰ ਕੁਝ ਮਿਲਦਾ ਇਸ ਬਾਰੇ ਕਿ ਕਿਤੇ ਗੁਰੂ ਦੇ ਸਮੇਂ ਵੀ ਇਹ ਕੁਝ ਕਰਵਾਇਆ ਜਾਂਦਾ ਸੀ, ਚਿਲੀਏ ਕਰਵਾਏ ਜਾਂਦੇ ਸੀ, ਜਾਂ ਕਿਸੇ ਪਰਟੀਕੁਲਰ ਦਿਨ ਨੂੰ ਖਾਸ ਦਿਨ ਮੰਨਿਆ ਜਾਂਦਾ ਸੀ, ਪੂਰਨਮਾਸੀ ਨੂੰ, ਸੰਗਰਾਂਦ ਨੂੰ, ਇਹ ਚੀਜ਼ਾਂ ਜਿਹੜੀਆਂ ਨੇ ਸਾਡੇ 'ਤੇ ਪਾਰੂ ਹੋ ਰਹੀਆਂ ਨੇ, ਕਿਤੇ ਸਾਨੂੰ ਕੋਈ ਐਵੀਡੈਂਸ ਮਿਲਦਾ ਇਸ ਨੋ ਨਨ ਐਟ ਆਲ ਓਕੇ। ਇਹੀ ਤਾਂ ਸੈਡ ਥਿੰਗ ਹੈ ਜੀ, ਆਪਾਂ ਨੂੰ ਗੁਰਬਾਣੀ ਦੀ ਸਿੱਖਿਆ ਜਿਹੜੀ ਉਹਦੇ ਨਾਲੋਂ ਇੰਨਾ ਤੋੜਿਆ ਗਿਆ। ਉਹ ਮੈਂ ਇਹੀ ਮਿਸਾਲ ਦਿੰਦਾ ਹੁੰਦਾ, ਜੇ ਗੁਰਬਾਣੀ ਇੱਥੇ ਆ ਸਾਨੂੰ ਪ੍ਰੀਚ ਕਰਦੇ ਨੇ ਆਹ, ਦਿਸ ਇਜ਼ ਦੀ ਹੋਲ ਪ੍ਰੋਬਲਮ ਰਾਈਟ, ਅਤੇ ਕਿੰਨੇ ਚਿਰਾਂ ਤੋਂ ਆ ਕਰਦੇ ਰਹੇ ਨੇ। ਮੈਂ ਵੀ ਹੁਣ ਤਕਰੀਬਨ 20 ਸਾਲ ਤੋਂ ਇੱਕ ਖੋਜ ਜਦੋਂ ਕਰਨ ਲੱਗਿਆ, ਉਦੋਂ ਬਾਅਦ ਹੀ ਮੈਨੂੰ ਪਤਾ ਲੱਗਣ ਲੱਗਿਆ ਮੈਂ ਪਹਿਲਾਂ ਉਹ ਹੋਰਾਂ ਵਰਗਾ ਸਾਰਿਆਂ ਵਰਗਾ ਮੈਂ ਹੀ ਸੀਗਾ ਰਾਈਟ। ਅਤੇ ਜਿਹੜੇ ਕਹਿੰਦੇ ਆ ਗੁਰਬਾਣੀ ਨਾਲ ਇਹ ਸਾਰੇ ਰੋਗ ਮਿਟ ਜਾਂਦੇ ਨੇ, ਉਹ ਜਿਹੜੇ ਮਾਨਸਿਕ ਰੋਗ ਉਹਨਾਂ ਦੀ ਗੱਲ ਕਰ ਰਹੇ ਨੇ, ਕਿਉਂਕਿ ਗੁਰਬਾਣੀ ਦਾ ਸੰਬੰਧ ਮਨ ਦੇ ਨਾਲ ਹੈਗਾ, ਬੋਡੀ ਦੇ ਨਾਲ ਨਹੀਂ ਗਾ ਜੀ। ਅਤੇ ਜਿਹੜੀ ਮਨ ਵਿੱਚ ਡਿਫੀਕਲਟੀਜ਼ ਆਉਂਦੀਆਂ, ਐਂਗਜ਼ਾਇਟੀ ਹੋ ਗਈ, ਹੈ ਕਿ ਨਹੀਂ, ਡਿਪਰੈਸ਼ਨ ਹੋ ਗਿਆ, ਕੋਈ ਫਿਕਰ ਲੱਗ ਗਿਆ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ, ਉਹਨਾਂ ਨਾਲ ਫਿਰ ਹੋਰ ਬਿਮਾਰੀਆਂ ਵੀ ਚੱਲ ਪੈਂਦੀਆਂ ਨੇ, ਹੈ ਕਿ ਨਹੀਂ ਜੀ। ਜੇ ਤੁਸੀਂ ਗੁਰਬਾਣੀ ਨਾਲ ਜੁੜੋਗੇ, ਰੱਬ ਦੇ ਗੁਣਾਂ ਨਾਲ ਜੁੜੋਗੇ, ਤੁਸੀਂ ਚੰਗੇ ਬੰਦੇ ਬਣ ਜਾਂਦੇ ਹੋ, ਉਹ ਜਿਹੜੇ ਉਸ ਤਰ੍ਹਾਂ ਦੇ ਰੋਗ ਹੈਗੇ ਨੇ ਉਹ ਮਿਟ ਸਕਦੇ ਨੇ। ਇਹ ਵੀ ਹੋ ਸਕਦਾ ਜਦੋਂ ਉਹ ਵੀ ਮਿਟ ਗਏ, ਜਿਹੜੀਆਂ ਵਿੱਚ ਬੈਡ ਕੈਮੀਕਲ ਨਿਕਲਦੀਆਂ ਨੇ ਨਾ, ਉਹਨਾਂ ਨਾਲ ਬਣਦੀਆਂ ਨੇ, ਉਹ ਹਟ ਜਾਣਗੀਆਂ, ਸ਼ਾਇਦ ਹੋਰ ਵੀ ਤੁਸੀਂ ਠੀਕ ਹੋ ਜਾਵੇ। ਪਰ ਜੇ ਕਿਹਾ ਬਈ ਆ ਤੁਸੀਂ ਆ ਗੁਰਬਾਣੀ ਇੰਨੀ ਦਫ਼ਾ ਪੜ੍ਹ ਲਓ ਤਾਂ ਤੁਹਾਡੀ ਕੈਂਸਰ ਹਟ ਜੂਗੀ, ਨੋ, ਡਾਇਬੀਟੀਜ਼ ਹਟ ਜੂਗੀ, ਨੋ, ਰਾਈਟ, ਇਟਸ ਫਾਰ ਦੀ ਮਾਈਂਡ। ਲੈਟਸ ਫੋਕਸ ਅ ਲਿਟਲ ਬਿਟ ਅਬਾਊਟ ਔਨ ਕਰਮ। ਕਰਮ ਕੀ ਹੈਗੇ ਨੇ? ਕਰਮ ਦੇ ਬਾਰੇ ਬਹੁਤ ਜ਼ਿਕਰ ਹੁੰਦਾ ਜੀ ਕਿ ਚੰਗੇ ਕਰਮ ਅਸੀਂ ਕਰਾਂਗੇ ਤਾਂ ਉਸਦਾ ਰਿਜ਼ਲਟ ਵੀ ਚੰਗੇ ਹੋਣਗੇ, ਮਾੜੇ ਕਰਮ ਦਾ ਮਾੜਾ ਹੋਏਗਾ। ਫਿਰ ਸੰਸਕਾਰਾਂ ਦੀ ਅਸੀਂ ਗੱਲ ਕਰਨੇ ਕਿ ਅਸੀਂ ਇਹ ਸੰਸਕਾਰ ਕੈਰੀ ਔਨ ਕਰਦੇ ਹਾਂ, ਕਰਮ ਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ। ਹਾਂਜੀ, ਕਰਮ ਜਿਹੜਾ ਹੈਗਾ ਇਹ ਵੀ ਬੜਾ ਮਿਸਅੰਡਰਸਟੂਡ ਹੈਗਾ। ਓਕੇ, ਆਪਾਂ ਨੂੰ ਜਿਹੜਾ ਪ੍ਰਚਾਰ ਕਰਦੇ ਉਹਨਾਂ ਨੇ ਜੋੜਿਆ ਹੋਇਆ ਵੀ ਜਿਹੜੇ ਆਪਾਂ ਹੁਣ ਕੰਮ ਕਰ ਰਹੇ ਹਾਂ ਇਹੀ ਗਾਹਾਂ ਸੋਲ ਦੇ ਨਾਲ ਕਿਸ ਤਰ੍ਹਾਂ ਉੱਥੇ ਚੜ੍ਹ ਕੇ ਉਹਦੇ ਨਾਲ ਚੱਲ ਜਾਂਦੇ, ਉਹ ਫਿਰ ਉਹ ਆ ਜਾਂਦੇ ਅਗਲੀ ਲਾਈਫ ਵਿੱਚ। ਇਟਸ ਗੋਟ ਨਥਿੰਗ ਡੂ ਵਿਦ ਦੈਟ। ਕਰਮ ਦਾ ਮਤਲਬ ਹੈਗਾ ਐਕਸ਼ਨ, ਐਕਸ਼ਨ, ਬਈ ਤੁਸੀਂ ਆਹ ਕਰੋ, ਆਹ ਕਰੋ। ਅਤੇ ਗੁਰਬਾਣੀ 'ਚ ਕਈ ਦਫ਼ਾ ਈਵਨ ਨਾਸਾ ਦੀ ਬਾਹਰ ਲਿਖਿਆ, ਆਪਣੀ ਹੱਥੀਂ ਆਪ ਕਰੋ। ਓਕੇ, ਇਹ ਨਾ ਕਹੋ ਮੇਰੇ ਕਰਮ ਨਹੀਂ ਸੀ ਇੱਦਾਂ ਦੇ ਸੀਗੇ। ਸੋ ਅਤੇ ਸੋ ਕਰਮ ਦਾ ਮਤਲਬ ਹੋ ਗਿਆ ਆਪਣੇ ਹੱਥੀਂ ਕੰਮ ਕਰੋ, ਜੋ ਤੁਸੀਂ ਚੇਂਜ ਕਰ ਸਕਦੇ ਹੋ ਉਹਨੂੰ ਚੇਂਜ ਕਰੋ। ਅਤੇ ਜੇ ਗੁਰੂ ਦੀ ਕਿਰਪਾ ਹੋ ਜਾਵੇ, ਫਰਜ਼ ਗੋਡ ਦੀ ਕਿਰਪਾ ਹੋ ਜਾਵੇ, ਤੁਹਾਨੂੰ ਕੋਈ ਅੱਛਾ ਗੁਰੂ ਮਿਲ ਜਾਵੇ, ਗੁਰੂ ਦਾ ਮਤਲਬ ਇਹ ਨਹੀਂ ਗਾ ਕੋਈ ਸੰਤ ਮਿਲ ਗਿਆ, ਸਾਧੂ ਮਿਲ ਗਿਆ, ਕੋਈ ਹੋਰ ਗੁਰਮੁਖ ਮਿਲ ਸਕਦਾ, ਤੂੰ ਹੋਰ ਤੁਹਾਡੇ ਵੱਲ ਜਿੱਦਾਂ ਮੈਂ ਤੁਹਾਡੇ ਨਾਲ ਮਿਲ ਜਾਵਾਂ, ਤੁਹਾਨੂੰ ਇਹ ਗੁਰਬਾਣੀ ਦੀ ਥੋੜ੍ਹੀ ਬਹੁਤ ਸਮਝ ਹੈਗੀ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂ, ਥੋ ਤੋਂ ਸਿੱਖਾਂ, ਦੈਨ ਯੂ ਆਰ ਮਾਈ ਗੁਰੂ, ਯੂ ਆਰ ਸਰਵਿੰਗ ਐਜ਼ ਮਾਈ ਗੁਰੂ, ਯੂ ਨੋ ਰਾਈਟ। ਮੈਨੂੰ ਇਹ ਨਹੀਂ ਗਾ ਵੀ ਮੈਂ ਤੁਹਾਡੀ ਹੁਣ ਜਾ ਕੇ ਉੱਥੇ ਮੱਥਾ ਟੇਕਣ ਲੱਗ ਜਾਵਾਂ, ਭਗਤੀ ਕਰਨ ਲੱਗ ਜਾਵਾਂ। ਇਟ ਜਸਟ ਦੈਟ ਆਮ ਰਿਸੀਵਿੰਗ ਸਮ ਇਨਫੋਰਮੇਸ਼ਨ, ਅਪਲਿਫਟਿੰਗ ਇਨਫੋਰਮੇਸ਼ਨ। ਓਕੇ, ਸੋ ਦੇਰ ਕੈਨ ਬੀ ਜਸਟ ਐਨੀ ਬਟ ਟੂ ਪੀਪਲ, ਫਾਈਵ ਪੀਪਲ, ਰਾਈਟ। ਓਕੇ,
ਓਕੇ, ਇਹਦੇ 'ਚ ਮਨਮੋਹਨ ਸਿੰਘ ਜੀ ਇੱਕ ਚੀਜ਼ ਆਉਂਦੀ ਜਿੱਥੇ ਤੁਸੀਂ ਗੁਰੂ ਦਾ ਜ਼ਿਕਰ ਕੀਤਾ ਹੈਗਾ। ਅੱਜ ਇੱਕ ਬਹੁਤ ਚਰਨ ਧੂੜ ਦਾ ਬੜਾ ਜ਼ਿਕਰ ਹੁੰਦਾ ਹੈਗਾ ਜੀ, ਚਰਨ ਧੂੜ ਲਾ ਦਿੰਦੇ ਘਰ ਦੇ ਵਿੱਚ ਸੰਤ ਆਏ ਨੇ ਜਾਂ ਘਰ ਦੇ ਵਿੱਚ ਕੋਈ ਰੱਬੀ ਬੰਦਾ ਆਇਆ ਤਾਂ ਉਸਦੇ ਮੱਥਾ ਟੇਕ ਮਸਤਕ 'ਤੇ ਲਾ ਲੈਣਾ। ਇਹ ਇਹ ਇਹਦਾ ਕੋਈ ਕੋਨਸੈਪਟ ਹੈਗਾ ਜੀ ਸਾਡੀ ਗੁਰਬਾਣੀ 'ਚ? ਬਿਲਕੁਲ ਨਹੀਂ ਗਾ, ਹਾਲਾਂਕਿ ਇਹ ਜ਼ਿਕਰ ਕੀਤਾ ਹੋਇਆ ਚਰਨ ਧੂੜ ਦਾ ਜ਼ਿਕਰ ਹੁੰਦਾ। ਹਾਂਜੀ, ਉਹਦੇ ਤਾਂ ਇਹ ਵੀ ਲਿਖਿਆ ਉਹਦੀ ਧੂੜ ਆਪਾਂ ਉਹਦੀ ਧੂੜ ਪੀਏ। ਓਕੇ, ਪਰ ਜਿਹੜੀ ਧੂੜ ਦਾ ਕੋਨਸੈਪਟ ਹੈਗਾ ਇਹ ਉਸ ਵੇਲੇ ਦੇਖੋ ਇਹ ਸੀਗਾ ਵੀ ਤੁਸੀਂ ਜਿਹੜੇ ਕੋਈ ਸੰਤ ਹੈਗਾ ਜਿਹਨੂੰ ਇਸ ਤਰ੍ਹਾਂ ਦੀ ਸਮਝ ਹੈਗੀ ਆ, ਰੱਬ ਦੀ ਸਮਝ ਹੈਗੀ, ਗੁਰਬਾਣੀ ਦੀ ਸਮਝ ਹੈਗੀ ਆ, ਉਹਨਾਂ ਨਾਲ ਜਾ ਕੇ ਜੁੜੋ, ਉਹਨਾਂ ਦੇ ਕੰਪਨੀ 'ਚ ਰਹੋ। ਜਦੋਂ ਕੰਪਨੀ 'ਚ ਰਹਿੰਦੇ ਹਾਂ ਤਾਂ ਤੁਸੀਂ ਥੋੜ੍ਹਾ ਬਹੁਤਾ ਗੱਲਬਾਤ ਕਰੋਗੇ, ਥੋੜ੍ਹਾ ਬਹੁਤਾ ਉਹਨਾਂ ਤੋਂ ਸਿੱਖੋਗੇ ਜੀ। ਓਕੇ, ਅਤੇ ਇਹਦਾ ਇਹ ਵੀ ਮਤਲਬ ਹੈਗਾ ਵੀ ਜਦੋਂ ਗੁਰੂ ਕੋਲ ਜਾਣਾ ਹੈਗਾ ਤਾਂ ਉਹ ਸਾਧ ਕੋਲ ਜਾਂ ਗੁਰੂ ਕੋਲ ਤੁਸੀਂ ਸਿੱਖਣਾ ਹੈਗਾ, ਯੂ ਸ਼ੁੱਡ ਡੈਡੀਕੇਟ ਯੂਰ ਸੈਲਫ ਟੋਟਲੀ ਰਾਈਟ ਟੂ ਦੈਮ। ਇਹ ਨਹੀਂ ਵੀ ਮੈਂ ਆਪਣੇ ਵਿੱਚ ਈਗੋ ਹਾਲੇ ਰੱਖੀ ਹੋਈ ਆ, ਨੋ ਨੋ ਨੋ, ਉਹਦੇ ਆਪਣੇ ਨਿਮਰਤਾ ਹੋਣੀ ਚਾਹੀਦੀ ਆ। ਰਾਈਟ, ਅਤੇ ਇਹ ਜਿਹੜੇ ਧੂੜ ਦੀ ਹੈਗੀ ਆ, ਮੱਥੇ ਨੂੰ ਧੂੜ ਲਾਓ, ਮੇਰਾ ਤਾਂ ਖਿਆਲ ਇਹੀ ਆ ਵੀ ਉਹ ਉਹਨਾਂ ਦੇ ਨਾਲ ਰਹਿੰਦੇ, ਉਹਨਾਂ ਨੂੰ ਮੱਥਾ ਟੇਕਣਾ। ਉਸ ਜ਼ਮਾਨੇ ਵਿੱਚ ਕੋਈ ਸੜਕਾਂ ਛੁਟਕਾਂ ਤਾਂ ਹੁੰਦੀਆਂ ਨਹੀਂ ਸੀਆਂ ਪੱਕੀਆਂ, ਧੂੜ ਬਥੇਰੀ ਸੀ ਜੀ, ਉਹਨਾਂ ਦੇ ਨਾਲ ਵੀ ਜਾਣਾ, ਧੂੜ ਹਰ ਇੱਕ ਜਗ੍ਹਾ ਲੱਗ ਜਾਂਦੀ ਸੀਗੀ, ਹੈ ਕਿ ਨਹੀਂ? ਇਹ ਸੀ, ਸੋ ਧੂੜ ਦਾ ਮਤਲਬ ਇਹੀ ਆ, ਉਹਨਾਂ ਦੀ ਕੰਪਨੀ ਲੈਣੀ। ਓਕੇ, ਕੰਪਨੀ ਲੈ ਕੇ ਉਹਨਾਂ ਤੋਂ ਕੁਝ ਗ੍ਰਹਿਣ ਕਰਨਾ, ਕੁਝ ਸਿੱਖਣਾ, ਸਿੱਖਣਾ ਉਹਨਾਂ ਤੋਂ। ਠੀਕ, ਦਿਸ ਦੀ ਹੋਲ ਮੀਨਿੰਗ। ਓਕੇ, ਯੈਸ, ਮਾਲਾ ਫੇਰਨ ਦਾ ਕਾਨਸੈਪਟ ਕੀ ਹੈਗਾ ਜੀ? ਕਿਉਂਕਿ ਅੱਜ ਬਹੁਤ ਇਹ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ, ਜਿੱਥੇ ਸਿਮਰਨ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਵਾਰ ਵਾਰ ਇੱਕ ਚੀਜ਼ ਨੂੰ ਦੁਹਰਾਉਣਾ ਅਤੇ ਉਹ ਮਾਲਾ ਵੀ ਇਸਤੇਮਾਲ ਕੀਤੀ ਜਾਂਦੀ ਹੈ, ਕੀ ਹੈਗਾ ਮਾਲਾ ਦਾ ਸੰਬੰਧ? ਇਹ ਵੀ ਆਪਾਂ ਨੂੰ ਬੜਾ ਪੁੱਠੇ ਪਾਸੇ ਲਾਇਆ। ਹੁਣ ਦੇਖੋ ਘਰ ਘਰ ਪਿਕਚਰਾਂ ਲੱਗੀਆਂ ਗੁਰੂ ਨਾਨਕ ਦੇਵ ਜੀ ਦੀਆਂ ਜੀ, ਉਹਦੇ 'ਚ ਦੋ ਦੋ ਮਾਲਾਂ ਹੁੰਦੀਆਂ ਨੇ, ਇੱਕ ਹੱਥ 'ਚ ਫੜੀ ਆ, ਇੱਕ ਇੱਧਰ ਫੜੀ ਆ, ਇੱਕ ਕਈ ਦਫ਼ਾ ਪੱਗ 'ਚ ਲਾ ਦਿੰਦੇ ਨੇ, ਤਿੰਨ ਤਿੰਨ ਫੜੀਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਮਾਲਾ ਜਿਹੜੀ ਫਿਜ਼ੀਕਲ ਆ ਇਹ ਰੱਦ ਕੀਤੀ ਹੋਈ ਆ, ਹਰ ਹਰ ਅੱਖਰ ਦੋਏ ਇਹ ਮਾਲਾ 388 ਪੇਜ 'ਤੇ ਲਿਖਿਆ ਹੋਇਆ ਜੀ। ਜਿਹੜਾ ਜਿਹੜਾ ਹਰ ਹਰ ਅੱਖਰ ਨੇ ਜੇ ਦੋ ਗੋਡ ਦਾ ਕਹਿਗਾ, ਇਹਨਾਂ ਦੀ ਮਾਲਾ ਬਣਾ। ਅਤੇ ਗੁਰੂ ਸੋਰੀ ਕਬੀਰ ਜੀ ਨੇ ਵੀ ਆਪ ਇਹੀ ਕਿਹਾ ਹੋਇਆ, ਉੱਥੇ ਜਦੋਂ ਉਹਨਾਂ ਦੇ ਸਲੋਕ ਸ਼ੁਰੂ ਹੁੰਦੇ ਨੇ ਪੇਜ 364 'ਤੇ, ਉਹ ਉੱਥੋਂ ਹੀ ਸ਼ੁਰੂ ਹੁੰਦੇ ਨੇ ਬਈ ਆਪਣੀ ਜ਼ਬਾਨ 'ਤੇ ਹੀ, ਜ਼ਬਾਨ 'ਤੇ ਇਹ ਜਿਹੜੀ ਹਰ ਹਰ ਦੀ ਜਪਣਾ ਹੈਗਾ ਉਹੀ ਤੇਰੀ ਮਾਲਾ ਹੈਗੀ ਆ ਤੇਰੀ ਜੀਵ 'ਤੇ। ਰਾਈਟ, ਓਕੇ, ਸੋ ਉਹ ਗੱਲ ਕਰ ਰਹੇ ਨੇ ਬਾਣੀ ਦੀ, ਗੁਣਾਂ ਦੀ, ਪਰ ਆਪਾਂ ਨੂੰ ਜੋੜਤਾ ਹੋਇਆ ਫਿਜ਼ੀਕਲ ਨਾਲ ਮਾਲਾ, ਜਿੱਦਾਂ ਦੋ ਦੋ ਤਿੰਨ ਤਿੰਨ ਹੈਗੀਆਂ ਨੇ, ਅਤੇ ਇਹਦੇ ਨਾਲ ਜਿਹੜੀ ਆ ਇੱਕ ਹੋਰ ਵੀ ਆ, ਗੁਰਬਾਣੀ ਵਿੱਚ 426 ਪੇਜ 'ਤੇ ਲਿਖਿਆ ਹੋਇਆ ਜੀ, ਇਹ ਜਿਹੜੇ ਗੁਣ ਨੇ, ਓਕੇ, ਸੱਤ ਸੰਤੋਖ ਵਿਚਾਰ ਵਗੈਰਾ, ਇਹਨਾਂ ਨੂੰ ਆਪਣਾ ਹਾਰ ਬਣਾ, ਯੂ ਲਿਵ ਦਮ, ਦੈਟਸ ਵਾਟ ਇਟ ਮੀਨਸ। ਰਾਈਟ, ਗ੍ਰੇਟ ਜੀ, ਇਟ ਵਾਜ਼ ਅ ਪਲੇਜ਼ਰ ਟਾਕਿੰਗ ਟੂ ਯੂ। ਹੋਰ ਵੀ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਇਸ਼ੂਜ਼ ਉੱਤੇ ਬਾਰੇ ਡਿਸਕਸ਼ਨ ਕਰਦੇ ਰਹਾਂਗੇ। ਤੁਹਾਡਾ ਬਹੁਤ ਤਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਫੋਨ 'ਤੇ ਕਿੱਥੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ? ਫੋਨ ਨੰਬਰ ਹੈਗਾ 604-584-1207। ਓਕੇ, ਅਤੇ ਈਮੇਲ 'ਤੇ ਵੀ ਪਾ ਸਕਦੇ ਜੀ, ਈਮੇਲ ਹੈਗੀ devbains1@hotmail.com। ਗ੍ਰੇਟ, ਇਟ ਵਾਜ਼ ਅ ਪਲੇਜ਼ਰ ਟਾਕਿੰਗ ਯੂ, ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਤੁਹਾਡੇ ਕੋਲ ਵੀ ਜੇਕਰ ਕੋਈ ਸਵਾਲ ਹੋਏ ਤਾਂ ਡੇਵ ਸਾਹਿਬ ਨੂੰ ਤੁਸੀਂ ਡਾਇਰੈਕਟਲੀ ਵੀ ਫੋਨ ਕਰ ਸਕਦੇ ਹੋ, ਜਾਂ ਫਿਰ ਸਾਡੇ ਨਾਲ ਸੰਪਰਕ ਕਰੋ 604-603-7555। ਈਮੇਲ ਹੈ harpreetsingshow@gmail.com। ਉਸ ਦੇ ਨਾਲ ਹੀ ਧੰਨਵਾਦ ਹੀ ਅਸੀਂ ਆਪਣੇ ਸਪੋਂਸਰ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਇਸ ਪ੍ਰੋਗਰਾਮ ਨੂੰ ਨਿਰੰਤਰ ਅੱਗੇ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ, ਕਿਉਂਕਿ ਸਾਡੇ ਪ੍ਰੋਗਰਾਮਸ ਦੇ ਵਿੱਚ ਉਹੀ ਟੋਪਿਕਸ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਡਿਸਕਸ਼ਨ ਕਰਨ ਦੀ, ਕਿ ਕੋਈ ਵੀ ਵਿਅਕਤੀ ਇੱਥੇ ਆ ਕੇ ਗੱਲਬਾਤ ਕਰ ਸਕਦਾ ਹੈ। ਜਿਸ ਅਸੀਂ ਇੱਕ ਸਿਰਫ ਪੈਡੈਸਟਲ ਹਾਂ ਜਿੱਥੇ ਕਿ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਹਾਂ, ਰੀਸਰਚ ਕਰੋ, ਆਪ ਫੈਸਲਾ ਕਰੋ। ਜਿਸ ਤਰ੍ਹਾਂ ਡੇਵ ਬੇਨਸ ਨੇ ਜੇਕਰ ਕੋਈ ਗੱਲ ਕਹੀ ਹੈ ਤਾਂ ਇਸਦਾ ਇਹ ਮਤਲਬ ਨਹੀਂ ਕਿ 100% ਠੀਕ ਹੈ। ਇੱਕ ਪੈਡੈਸਟਲ ਹੈ, ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ, ਤੁਸੀਂ ਉਸ ਉੱਤੇ ਰੀਸਰਚ ਕਰਕੇ ਹੋਰ ਆਪਣੇ ਆਪ ਜਾਣਕਾਰੀ ਵੀ ਲੈ ਸਕਦੇ ਹੋ। ਸੋ ਇਸ ਪ੍ਰੋਗਰਾਮ ਨੂੰ ਅੱਗੇ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ। ਥਰੂ ਸਪੋਂਸਰਸ਼ਿਪ ਜਾਂ ਐਡਵਰਟਾਈਜ਼ਮੈਂਟ ਸੰਪਰਕ ਕਰ ਸਕਦੇ ਹੋ ਤਾਂ ਕਿ ਅਸੀਂ ਨਿਰੰਤਰ ਇਸ ਨੂੰ ਅੱਗੇ ਚਲਾਉਂਦੇ ਰਹੀਏ। ਇੱਥੇ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।